ਸਤਿਕਾਰ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਐਟ 9 ਲੈ ਕੇ ਮੈਂ ਅਰਸ਼ਦੀਪ ਕੌਰ ਤੇ ਮੈਂ ਹਾਂ ਤੁਹਾਡਾ ਨਾਮ ਬਲਵਿੰਦਰ ਸਿੰਘ ਪੰਜਾਬ ਐਟ 9 ਦੇ ਵਿੱਚ ਅਗਲੇ 1 ਘੰਟੇ ਤੋਂ ਦਿਖਾਵਾਂਗੇ ਪੰਜਾਬ ਦੇ ਹਰ ਖਿੱਤੇ ਨਾਲ ਜੁੜੀ ਹੋਈ ਖਬਰ ਜਿਸ ਦੇ ਵਿੱਚ ਸਿਆਸਤ ਦੀਆਂ ਖਬਰਾਂ ਵੀ ਹੋਣਗੀਆਂ ਰਾਜਨੀਤੀ ਦੇ ਨਾਲ ਨਾਲ ਹੋਰ ਵੀ ਅਹਿਮ ਖਬਰਾਂ ਤੁਹਾਡੇ ਨਾਲ ਜੁੜੀਆਂ ਹੋਣਗੀਆਂ ਨਾਲ ਹੀ ਚੰਗੀ ਖਬਰ ਵੀ ਦਿਖਾਵਾਂਗੇ ਮੌਸਮ ਦਾ ਹਾਲ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਜੋ ਕਿ ਪੰਜਾਬ ਦੇ ਵਿੱਚ ਕੇਬਲ ਤੋਂ ਬਲੈਕਆਊਟ ਕੀਤਾ ਗਿਆ ਇਸ ਦਾ ਹਰ ਪਾਸਿਓਂ ਵਿਰੋਧ ਹੋ ਰਿਹਾ ਅਤੇ ਸੱਚ ਦੀ ਜਿੱਤ ਦਾ ਨਾਰਾ ਬੁਲੰਦ ਕੀਤਾ ਜਾ ਰਿਹਾ ਅਤੇ ਹਰ ਕੋਈ ਕਹਿ ਰਿਹਾ ਸਤਿਅਮੇਵ ਜਯਤੇ ਮੈਂ ਜੇਤੇ ਯਾਨੀ ਕਿ ਹਮੇਸ਼ਾ ਸੱਚਾਈ ਦੀ ਹੀ ਜਿੱਤ ਹੁੰਦੀ ਹੈ ਹਰ ਕੋਈ ਇਹੀ ਕਹਿ ਰਿਹਾ ਹੈ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ ਵਿੱਚ ਬਲੈਕਆਊਟ ਕਰਨ ਦਾ ਮੁੱਦਾ ਅੱਜ ਸੜਕਾਂ 'ਤੇ ਵੀ ਅੱਜ ਲੋਕਾਂ ਨੇ ਵਿਰੋਧ ਕੀਤਾ ਚਾਰ ਤਸਵੀਰਾਂ ਤੁਹਾਨੂੰ ਵਿਖਾਉਣੇ ਕਿਸ ਤਰੀਕੇ ਨਾਲ ਵਿਰੋਧ ਦੀਆਂ ਤਸਵੀਰਾਂ ਪੂਰੇ ਪੰਜਾਬ ਭਰ 'ਚੋਂ ਸਾਹਮਣੇ ਆਈਆਂ ਅਤੇ ਹਰ ਕੋਈ ਇਹੀ ਕਹਿ ਰਿਹਾ ਕਿ ਸੱਚਾਈ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਦਿੱਲੀ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦੀ ਤਸਵੀਰ ਲੁਧਿਆਣਾ ਪਟਿਆਲਾ ਕਿਸ ਤਰੀਕੇ ਨਾਲ ਲੋਕ ਸੜਕਾਂ 'ਤੇ ਉਤਰੇ MPs ਵੱਲੋਂ ਵੀ ਵਿਰੋਧ ਕੀਤਾ ਗਿਆ ਤੁਹਾਨੂੰ ਦੱਸ ਦੇ ਪੰਜਾਬ ਦੇ ਵਿੱਚ ਨਿੱਜੀ ਕੇਬਲ ਆਪਰੇਟਰ ਵੱਲੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕਰ ਦਿੱਤਾ ਗਿਆ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਹਮੇਸ਼ਾ ਲੋਕਾਂ ਦੇ ਮੁੱਦੇ ਚੁੱਕੇ ਹਮੇਸ਼ਾ ਇਨਸਾਫ ਦੀ ਗੱਲ ਕੀਤੀ ਅਤੇ ਉਹਨਾਂ ਮੁੱਦਿਆਂ ਨੂੰ ਅੰਜਾਮ ਤੱਕ ਵੀ ਪਹੁੰਚਾਇਆ ਚਾਹੇ ਕਿਸਾਨਾਂ ਦੀ ਗੱਲ ਹੋਵੇ ਸਕੂਲਾਂ ਦੀ ਮਨਮਾਨੀ ਦੀ ਗੱਲ ਹੋਵੇ ਹਰ ਮੁੱਦੇ ਨੂੰ ਚੁੱਕਿਆ ਅਤੇ ਅੱਜ ਉਸੇ ਚੈਨਲ ਨੂੰ ਪੰਜਾਬ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਚਾਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਿੱਲੀ ਚੰਡੀਗੜ੍ਹ ਪਟਿਆਲਾ ਤੇ ਲੁਧਿਆਣਾ ਹਰ ਵਰਗ ਦੇ ਲੋਕ ਜਿਹੜੇ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਸਪੋਰਟ ਦੇ ਵਿੱਚ ਸਮਰਥਨ ਦੇ ਵਿੱਚ ਆ ਰਹੇ ਨੇ ਭਾਵੇਂ ਉਹ ਸਿਆਸਤਦਾਨ ਹੋਣ ਤੇ ਭਾਵੇਂ ਆਮ ਲੋਕ ਹੋਣ ਅਧਿਆਪਕਾਂ ਵੱਲੋਂ ਪ੍ਰਤੀ ਵੀ ਜਿਹੜੀ ਹੈ ਸਪੋਰਟ ਕੀਤੀ ਗਈ ਸੀ ਕਿਸਾਨਾਂ ਵੱਲੋਂ ਵੀ ਸਪੋਰਟ ਕੀਤੀ ਗਈ ਹੈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਵੀ 48 ਘੰਟਿਆਂ ਦਾ ਅਤੇ ਅੱਜ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਜਾ ਚੁੱਕਿਆ ਹੈ ਤਾਂ ਲਗਾਤਾਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਸਪੋਰਟ ਜਿਹੜੀ ਹੈ ਹਰ ਕਿਤੇ ਦੇਖਣ ਨੂੰ ਮਿਲ ਰਹੀ ਹੈ ਅਤੇ ਹਰ ਕੋਈ ਇਹੀ ਕਹਿ ਰਿਹਾ ਕਿ ਭਾਵੇਂ ਕੇਬਲ ਦੇ ਵੱਲੋਂ ਮਨਮਾਨੀ ਕੀਤੀ ਜਾ ਰਹੀ ਹੈ ਪਰ ਸੱਚ ਦੀ ਆਵਾਜ਼ ਕਦੇ ਦੱਬੀ ਨਹੀਂ ਜਾ ਸਕਦੀ ਬਿਲਕੁਲ ਸੱਚ ਦੀ ਆਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਹਰ ਲੋਕ ਹਰ ਵਰਗ ਦੇ ਲੋਕ ਇਹੀ ਕਹਿ ਰਹੇ ਨੇ ਤਾਂ ਕਿਸ ਤਰ੍ਹਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਤੁਹਾਨੂੰ ਇੱਕ ਇੱਕ ਕਰਕੇ ਤਸਵੀਰ ਦਿਖਾਉਂਦੇ ਹਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੇ ਵਿਰੋਧ ਦਾ ਜਿਹੜਾ ਵਿਰੋਧ ਆ ਉਹ ਪੂਰੀ ਤਰ੍ਹਾਂ ਨਾਲ ਤੇਜ਼ ਹੋ ਚੁੱਕਿਆ ਹੈ ਅੱਜ ਟੀਮ ਇਨਸਾਫ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਲੁਧਿਆਣਾ ਵਿੱਚ ਬਲੈਕਆਊਟ ਦੇ ਵਿਰੋਧ ਵਿੱਚ ਆਵਾਜ਼ ਨੂੰ ਬੁਲੰਦ ਕੀਤਾ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦਾ ਵਿਰੋਧ ਲਗਾਤਾਰ ਜਾਰੀ ਹੈ ਟੀਮ ਇਨਸਾਫ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਲੁਧਿਆਣਾ ਵਿੱਚ ਪ੍ਰਦਰਸ਼ਨ ਕੀਤਾ ਅਤੇ ਨਿੱਜੀ ਕੇਬਲ ਆਪਰੇਟਰ ਦੀ ਦਾਦਾਗਿਰੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਵਿਧਾਇਕ ਬਲਵਿੰਦਰ ਬੈਂਸ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਨਾਲ ਹੀ ਸਿਮਰਨਜੀਤ ਬੈਂਸ ਦੇ ਖਿਲਾਫ ਦਰਜ ਪਰਚਿਆਂ ਦੀ ਕਰੜੀ ਨਿੰਦਾ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੇਬਲ ਹਟਾ ਕੇ ਡਿਸ਼ ਲਗਵਾਉਣ ਦੀ ਅਪੀਲ ਕੀਤੀ ਹੈ ਡਿਸ਼ ਲਾ ਦਿਆਂਗੇ ਡਿਸ਼ ਐਂਟੀਨੇ ਲਾਉਣਗੇ ਤੇ ਸਵੇਰੇ ਹੀ ਜਿਹੜਾ ਜੀ ਪੰਜਾਬੀ ਆ ਉਹ ਹਰੇਕ ਘਰ ਦੀ ਕਿਚਨ ਤੱਕ ਬੋਲੂਗਾ ਆ ਅੰਗਰੇਜ਼ਾਂ ਦੇ ਟਾਈਮ 'ਤੇ ਵੀ ਪ੍ਰੈਸ ਦੀ ਆਜ਼ਾਦੀ ਸੀ ਪ੍ਰੈਸ ਲਿਖਦੀ ਸੀ ਲੋਕ ਬੋਲਦੇ ਸੀ ਐਜੀਟੇਸ਼ਨ ਕਰਦੇ ਸੀ ਅਤੇ ਉਦੋਂ ਵੀ ਜਿਹੜੀਆਂ ਧਾਰਾਂ 'ਚ ਹੁਣ ਮੁਕੱਦਮਾ ਦਰਜ ਹੋਇਆ ਉਦੋਂ ਵੀ ਕਦੇ ਐਸੀਆਂ ਧਾਰਾਂ ਨਹੀਂ ਸੀ ਲੱਗੀਆਂ ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਕੇਬਲ 'ਤੇ ਸ਼ੁਰੂ ਕੀਤਾ ਜਾਵੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਅਤੇ ਸਿਮਰਨਜੀਤ ਸਿੰਘ ਬੈਂਸ ਦੇ ਸਮਰਥਨ ਵਿੱਚ ਲੋਕਾਂ ਨੇ ITI ਚੌਂਕ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਫਾਸਟਵੇ ਦੇ ਹੱਕ ਦੇ ਵਿੱਚ ਜੋ ਵੀ ਇਹ ਕੁਛ ਕੀਤਾ ਇਹ ਬਹੁਤ ਮਾੜਾ ਕੀਤਾ ਅਤੇ ਅਸੀਂ GTV ਨੂੰ ਚਾਲੂ ਕਰਾਉਣ ਲਈ ਸਾਨੂੰ ਜੋ ਵੀ ਸੰਘਰਸ਼ ਕਰਨਾ ਪਊਗਾ ਉਹ ਅਸੀਂ ਕਰਾਂਗੇ ਜਿਹੜੀ ਪ੍ਰੈਸ ਦੀ ਆਜ਼ਾਦੀ ਲਈ ਅਸੀਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਭੇਜਾਂਗੇ ਕਿ ਜਿਹੜਾ ਜੀ ਪੰਜਾਬੀ ਨਿਊਜ਼ ਚੈਨਲ ਬੰਦ ਹੋਇਆ ਇਹਨੂੰ ਜਲਦ ਚੈਨਲ 'ਤੇ ਚਲਾਏ ਲੁਧਿਆਣਾ ਵਿੱਚ ਬੈਂਸ ਬ੍ਰਦਰਸ ਨੇ ਕਾਰਕੁਨਾਂ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਨਿੱਜੀ ਕੇਬਲ ਆਪਰੇਟਰ ਦੀ ਕਾਰਵਾਈ ਦੇ ਖਿਲਾਫ ਮੋਰਚਾ ਖੋਲਿਆ ਸੀ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਨਵੀਨ ਸ਼ਰਮਾ ਜ਼ੀ ਮੀਡੀਆ ਲੁਧਿਆਣਾ ਅਤੇ ਲੁਧਿਆਣਾ ਦੇ ਵਿੱਚ ਜਿਹੜਾ ਇਸ ਕੇਬਲ ਨੈਟਵਰਕ ਦਾ ਜਿਹੜਾ ਹੈੱਡ ਆਫਿਸ ਹੈ ਅਤੇ ਉੱਥੋਂ ਇਸ ਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਦੇ ਨਾਲ ਉਹਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਤਸਵੀਰਾਂ ਉਸ ਵੇਲੇ ਸਭ ਨੇ ਦੇਖੀਆਂ ਸਨ ਜਦੋਂ ਸਿਮਰਨਜੀਤ ਸਿੰਘ ਬੈਂਸ ਆਪਣੇ ਸਮਰਥਕਾਂ ਦੇ ਨਾਲ ਉੱਥੇ ਪਹੁੰਚੇ ਸਨ ਵਿਰੋਧ ਪ੍ਰਕਰਾਉਣ ਅਤੇ ਉੱਥੇ ਪੁਲਿਸ ਦਾ ਵੱਡਾ ਪਹਿਰਾ ਦੇਖਣ ਨੂੰ ਮਿਲਿਆ ਸੀ ਅਤੇ ਪੁਲਿਸ ਨੇ ਲਾਠੀਚਾਰਜ ਵੀ ਲੋਕਾਂ ਦੇ ਉੱਪਰ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਮਾਮਲੇ ਵੀ ਦਰਜ ਕੀਤੇ ਗਏ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਡੱਕਿਆ ਗਿਆ ਅਤੇ ਅੱਜ ਫਿਰ ਤੋਂ ਵਿਰੋਧ ਦੀ ਆਵਾਜ਼ ਆਮ ਲੋਕਾਂ ਨੇ ਵੀ ਨਾਲ ਮਿਲ ਕੇ ਬੁਲੰਦ ਕੀਤੀ ਹੈ ਬਿਲਕੁਲ ਇਹ ਲੁਧਿਆਣਾ ਦੀ ਤਸਵੀਰ ਤੁਸੀਂ ਦੇਖੀ
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਇਸ ਤਰੀਕੇ ਦੇ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅਗਲੀ ਤਸਵੀਰ ਤੁਹਾਨੂੰ ਵਿਖਾਉਂਦੇ ਹਾਂ। ਜੀ ਹਾਂ, ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਪਟਿਆਲਾ ਵਿੱਚ ਵੀ ਆਮ ਜਨਤਾ ਸੜਕਾਂ 'ਤੇ ਉਤਰੀ ਅਤੇ ਆਪਣੀ ਆਵਾਜ਼ ਜੋ ਹੈ ਬੁਲੰਦ ਕੀਤੀ, ਕਿਉਂਕਿ ਜਮਹੂਰੀਅਤ ਵਿੱਚ ਜਨਤਾ ਨਾ ਸਿਰਫ ਆਪਣੇ ਹੱਕਾਂ ਲਈ ਲੜਨਾ ਚਾਹੁੰਦੀ ਹੈ ਬਲਕਿ ਆਪਣੇ ਹਿੱਤਾਂ ਦੀ ਦਰਾਖੀ ਕਰਨ ਵਾਲਿਆਂ ਨੂੰ ਵੀ ਪਛਾਣਦੀ ਹੈ। ਇਹ ਆਵਾਜ਼ ਉਸ ਆਵਾਮ ਦੀ ਹੈ ਜਿਹੜੀ ਸੱਚ ਸੁਣਨਾ ਜਾਣਦੀ ਹੈ ਅਤੇ ਸੱਚ ਦੇ ਹੱਕ ਵਿੱਚ ਆਵਾਜ਼ ਚੱਕਣਾ ਵੀ। ਇਹ ਮੰਗ ਲੋਕਤੰਤਰ ਦੇ ਚੌਥੇ ਸਤੰਭ ਨੂੰ ਬਚਾਉਣ ਦੀ ਹੈ, ਜਿਸ ਨੂੰ ਡਿਗਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਜਿਹੜਾ ਹੁਣ ਤੱਕ ਜਨਤਾ ਦੀ ਆਵਾਜ਼ ਬਣਿਆ, ਅੱਜ ਜਨਤਾ ਉਸੇ ਦੀ ਆਵਾਜ਼ ਬਣ ਚੁੱਕੀ ਹੈ। ਪਟਿਆਲਾ ਵਿੱਚ ਪ੍ਰਦਰਸ਼ਨ ਕਰ ਰਹੇ ਇਹ ਲੋਕ ਪ੍ਰੈਸ ਦੀ ਆਜ਼ਾਦੀ ਦੀ ਮੰਗ ਕਰ ਰਹੇ ਨੇ। ਨਾ ਸਿਰਫ ਆਮ ਜਨਤਾ ਸਗੋਂ ਜਨਤਾ ਦੇ ਨੁਮਾਇੰਦੇ ਵੀ ਇਸੇ ਕਦਮ ਦੀ ਨਿੰਦਾ ਕਰ ਰਹੇ ਨੇ ਅਤੇ ਚੈਨਲ ਨੂੰ ਪੰਜਾਬ ਵਿੱਚ ਬਲੈਕਆਊਟ ਕਰਨ ਨੂੰ ਸਰਕਾਰ ਦੀ ਬੁਖਲਾਹਟ ਦੱਸ ਰਹੇ ਨੇ। ਜੋ ਪੰਜਾਬ ਸਰਕਾਰ ਵੱਲੋਂ ਜੀ ਪੰਜਾਬ ਚੈਨਲ ਬੰਦ ਕੀਤਾ ਗਿਆ ਹੈਗਾ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਸਰਕਾਰ ਨੇ ਜਿਹੜੀ ਪ੍ਰੈਸ ਦੀ ਆਜ਼ਾਦੀ ਹੈਗੀ ਇਲੈਕਟ੍ਰੋਨਿਕ ਅਤੇ ਮੀਡੀਆ ਦੀ, ਉਹ 'ਤੇ ਹਮਲਾ ਬੋਲਿਆ ਹੈਗਾ। ਇਸ ਤੋਂ ਪਹਿਲਾਂ ਡੇ ਐਂਡ ਨਾਈਟ ਚੈਨਲ 'ਤੇ ਅਤੇ ਉਸ ਤੋਂ ਪਹਿਲਾਂ ABP ਸਾਂਝਾ 'ਤੇ ਇਹਨਾਂ ਨੇ ਲਗਾਤਾਰ ਜਿਹੜਾ ਸਰਕਾਰੀ ਦਹਿਸ਼ ਦਾ ਜਿਹੜਾ ਕੁਹਾੜਾ ਚਲਾਇਆ ਹੈਗਾ ਹੈ, ਜਿਹੜਾ ਕਿ ਗੈਰ ਜਮਹੂਰੀ ਹੈ, ਗੈਰ ਲੋਕਤੰਤਰਕ ਹੈ ਔਰ ਜਿਹੜੀ ਪ੍ਰੈਸ ਦੀ ਆਜ਼ਾਦੀ ਹੈਗੀ ਹੈ ਉਹਦੀ ਘੋਰ ਉਲੰਘਣਾ ਹੈਗੀ ਹੈ। ਇਹਨਾਂ ਨੇ ਆਪਣੇ ਪੈਰਾਂ ਦੇ ਆਪ ਕੁਹਾੜਾ ਮਾਰ ਰਹੇ ਨੇ ਔਰ ਆਪਣੇ ਜਿਹੜੀ ਜਿੰਨੇ ਪਹਿਲਾਂ ਵੀ ਸਰਕਾਰ ਲੋਕਾਂ ਨੂੰ ਨਿਖੜੀ ਹੋਈ ਹੈ ਉਸੇ ਵਰਤਾਰੇ ਨੂੰ ਹੋਰ ਵਧਾ ਦੇ ਰਹੇ ਨੇ। ਮੈਨੂੰ ਲੱਗਦਾ ਅਕਾਲੀ ਦਲ ਨੇ ਸਵੀਕਾਰ ਕਰ ਲਿਆ ਕਿ ਆ ਸਾਡੀ ਹੁਣ ਹਾਰ ਨਿਸ਼ਚਿਤ ਹੈਗੀ ਹੈ, ਇਸੇ ਕਰਕੇ ਇੱਦਾਂ ਦੇ ਜਿਹੜੇ ਧੱਕੜ ਕਦਮ ਹੈ, ਜਾਬਰ ਕਦਮ ਹੈਗੇ ਹੈ, ਉਹ ਜਮਹੂਰੀ ਲਹਿਰਾਂ ਦੇ ਜਿਹੜੇ ਕਾਰਕੁਨ ਹੈਗੇ ਜਾਂ ਜੋ ਜਮਹੂਰੀਅਤ ਦੇ ਕਾਰਕੁਨ ਹੈਗੇ, ਜੋ ਪ੍ਰੈਸ ਦੀ ਆਜ਼ਾਦੀ ਦੇ ਰਾਖੇ ਨੇ, ਉਹਨਾਂ ਦੇ ਅਜਿਹੇ ਧੱਕੜ ਕਦਮ ਚੁੱਕੇ ਜਾ ਰਹੇ ਨੇ ਜਿਹਦੇ ਮੈਂ ਬਹੁਤ ਸਖ਼ਤ ਨਿਖੇਧੀ ਕਰਦਾ ਜੀ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਨੂੰ ਸੂਬੇ ਵਿੱਚ ਮੀਡੀਆ ਐਮਰਜੈਂਸੀ ਦੱਸਿਆ ਹੈ। ਪੰਜਾਬ ਸਰਕਾਰ ਦੇ ਮੰਤਰੀ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਨੂੰ ਗਲਤ ਕਰਾਰ ਦੇ ਰਹੇ ਨੇ। ਕੋਲ ਬੜਾ ਵੱਡਾ ਤੱਕਾ ਜੀ ਪੰਜਾਬੀ ਨਾਲ, ਜੀ ਪੰਜਾਬੀ ਇੱਕ ਇਹੋ ਜਿਹਾ ਇਹ ਮੀਡੀਆ ਐਮਰਜੈਂਸੀ ਆ, ਇਹ ਬਿਲਕੁਲ ਮੀਡੀਆ ਐਮਰਜੈਂਸੀ, ਕਿਉਂਕਿ ਇੱਕ ਹੀ ਚੈਨਲ ਸੀ ਜਿਹੜਾ ਪੰਜਾਬ ਦੀ ਸਹੀ ਤਸਵੀਰ ਜਿਹੜੀ ਆ ਲੋਕਾਂ ਦੇ ਅੱਗੇ ਪੇਸ਼ ਕਰਦਾ ਸੀ। ਸ਼ਾਮ ਨੂੰ ਲੋਕ ਜਦੋਂ ਡਿਬੇਟ ਆਉਂਦੀ ਸੀ ਸਾਰੇ ਲੋਕ ਟੈਲੀਵਿਜ਼ਨ ਆਪਣਾ ਲਾ ਲੈਂਦੇ ਸੀ। ਕਦੇ ਨਹੀਂ ਕਰਨਾ, ਬੰਦ ਕਰਨਾ ਅੱਛੀ ਗੱਲ ਨਹੀਂ। ਚਲੋ ਠੀਕ ਹੈ, ਮੀਡੀਆ ਮੀਡੀਆ ਦੇ ਵਿੱਚ ਇੱਕ ਆਇਨਾ ਅਸੀਂ ਤਾਂ ਕਹਿੰਦੇ ਸਾਫ਼ ਦਰਪਣ ਹੈ, ਦਿਖਾਇਆ ਜਾਏ ਉਹਦੇ ਵਿੱਚ ਠੀਕ ਹੈ, ਹਾਲਾਤ ਦੇ ਵਿੱਚ ਕੋਈ ਜ਼ਿਆਦਾ ਵੱਧ ਚੜ੍ਹ ਕੇ ਵੀ ਗੱਲ ਆ ਜਾਂਦੀ ਹੈ, ਪਰ ਮੈਂ ਨਹੀਂ ਕਹਿੰਦਾ ਬੰਦ ਕਰਨਾ ਕੋਈ ਅੱਛੀ ਗੱਲ ਹੈ। ਇੱਕ ਹਫ਼ਤੇ ਤੋਂ ਜ਼ਿਆਦਾ ਵਕਤ ਲੰਘ ਚੁੱਕਿਆ, ਪੰਜਾਬ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਨਿੱਜੀ ਕੇਬਲ ਨੈੱਟਵਰਕ 'ਤੇ ਬਲੈਕਆਊਟ ਕਰ ਦਿੱਤਾ ਗਿਆ। ਆਮ ਜਨਤਾ ਤੋਂ ਲੈ ਕੇ ਸਿਆਸਤਦਾਨਾਂ ਤੱਕ ਹਰ ਕੋਈ ਆਮ ਜਨਤਾ ਦੇ ਸਰੋਕਾਰਾਂ ਨੂੰ ਸੱਚਾਈ ਦੇ ਨਾਲ ਵਿਖਾਉਣ ਵਾਲੇ ਚੈਨਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਮੰਗ ਕਰ ਰਿਹਾ। ਪਟਿਆਲਾ ਤੋਂ ਅਵਤਾਰ ਗਿੱਲ ਅਤੇ ਚੰਡੀਗੜ੍ਹ ਤੋਂ ਜਗਤਾਰ ਭੁੱਲਰ ਦੇ ਨਾਲ ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ। ਤਾਂ ਸਿਆਸਤਦਾਨ ਕਹਿ ਰਹੇ ਨੇ ਪੰਜਾਬ 'ਚ ਮੀਡੀਆ ਐਮਰਜੈਂਸੀ ਅਤੇ ਲੋਕ ਵੀ ਇਹੀ ਕਹਿ ਰਹੇ ਨੇ ਕਿ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਬਿਲਕੁਲ ਠੀਕ ਹੈ, ਸੱਚ ਦੀ ਆਵਾਜ਼ ਨੂੰ ਸੱਚਮੁੱਚ ਦਬਾਇਆ ਨਹੀਂ ਜਾ ਸਕਦਾ। ਲੋਕਾਂ ਦਾ ਭਰਪੂਰ ਸਾਥ ਸਾਨੂੰ ਮਿਲ ਰਿਹਾ, ਸੋਸ਼ਲ ਨੈਟਵਰਕਿੰਗ ਸਾਈਟ 'ਤੇ ਵੀ ਲੋਕਾਂ ਦਾ ਸਾਥ ਸਾਨੂੰ ਮਿਲਿਆ। ਤੁਹਾਨੂੰ ਟਵਿੱਟਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਟਵਿੱਟਰ 'ਤੇ ਹੈਸ਼ਟੈਗ ਸਪੋਰਟ ZPH ਲਗਾਤਾਰ ਟ੍ਰੈਂਡ ਕਰ ਰਿਹਾ ਅਤੇ ਲੋਕ ਸਾਥ ਦੇ ਰਹੇ ਨੇ, ਇਹੀ ਕਹਿ ਰਹੇ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਹਮੇਸ਼ਾ ਸੱਚ ਵਿਖਾਇਆ ਅਤੇ ਇਸ ਸੱਚ ਨੂੰ ਦਬਾਇਆ ਬਿਲਕੁਲ ਨਹੀਂ ਜਾ ਸਕਦਾ। ਬਿਲਕੁਲ, ਲੋਕਾਂ ਦੀ ਆਵਾਜ਼ ਹਰ ਨਜ਼ਰੀਏ ਦੇ ਉੱਪਰ ਜਿਹੜੀ ਸਾਨੂੰ ਸੁਣਨ ਨੂੰ ਮਿਲ ਰਹੀ ਹੈ, ਹਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੀ ਇਸੇ ਤਰ੍ਹਾਂ ਹੋ ਰਿਹਾ ਅਤੇ ਅੱਜ ਇਹ ਮੰਗ ਰਾਜਪਾਲ ਤੱਕ ਵੀ ਪਹੁੰਚੀ, ਉਹ ਵੀ ਤੁਹਾਨੂੰ ਦੱਸਦੇ ਹਾਂ। ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਇੱਕ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿੱਚ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੇ ਖਿਲਾਫ ਵਿਰੋਧ ਦੇ ਸੁਰ ਬੁਲੰਦ ਹੋਏ। ਇੱਥੇ ਕਾਂਗਰਸ ਕਾਰਕੁਨਾਂ ਨੇ ਸ਼ਾਂਤੀਪੂਰਨ ਧਰਨਾ ਦਿੱਤਾ ਅਤੇ ਕਿਸਾਨ ਨੇਤਾ ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ਵਿੱਚ ਰਾਜਪਾਲ ਦੇ ਦਰਬਾਰ ਵਿੱਚ ਜਾ ਕੇ ਨਿੱਜੀ ਕੇਬਲ ਆਪਰੇਟਰ ਦੀ ਮਨਮਰਜ਼ੀ ਦੀ ਸ਼ਿਕਾਇਤ ਕੀਤੀ। ਉਹਨਾਂ ਕਿਹਾ ਕਿ ਰਾਜਪਾਲ ਨੇ ਮਾਮਲੇ ਵਿੱਚ ਦਖਲ ਦੇ ਕੇ ਮਸਲੇ ਨੂੰ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਸਿੱਧਾ ਡਾਇਰੈਕਟ ਦਖਲ ਦੇ ਕੇ ਵਿੱਚ ਸਰਕਾਰ ਦੇ ਉਹਨਾਂ ਦੇ ਵਿੱਚ ਦਖਲ ਦੇ ਕੇ ਇਹਦਾ ਫੈਸਲਾ ਜਿਹੜਾ ਮੈਂ ਜਲਦੀ ਤੋਂ ਜਲਦੀ ਕਰਾਵਾਂਗਾ ਔਰ ਜੋ ਤੁਹਾਡੇ ਨਾਲ ਵਧੀਕੀਆਂ ਹੋਈਆਂ ਨੇ ਉਹਨਾਂ ਦਾ ਵੀ ਫੈਸਲਾ ਕਰਾਵਾਂਗਾ। ਅਤੇ ਅਜਿਹਾ ਨਾ ਹੋਣ ਤੇ ਇੱਕ ਹਫ਼ਤੇ ਬਾਅਦ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ। TV ਨੂੰ ਚਾਲੂ ਨਾ ਕੀਤਾ
जब उन्हां अफसरां विरुद्ध एक्शन ना लिया तो फिर असी एक हफ्ते तो सैकड़े समातियां साथियों समेत मैं इत्थे तुहाडे गेट ते जो मर्जी होवे मैं धरना ला के बह जावांगा। जीरा ने लोगों नूं अपील की है कि वह निजी केबल ऑपरेटर दीयां सेवावां दा बाइकाट करके डिश लगवाउण ताकि जी पंजाब हरियाणा हिमाचल के जरिए सूबे का सच वेख्या जा सके। जड़ियाँ हूँ ही कहने के इन्ह के बादलों की केबल का बाइकाट करो, जड़े जड़े वीर डिश लवा सकते हैं जिन्हों डिशा से जी पंजाबी चलता वो डिशा लवाओ। जी पंजाब हरियाणा हिमाचल का मकसद सिर्फ और सिर्फ आम लोगों की आवाज़ को अंजाम तक पहुँचा है जिसनों किसी भी कीमत से जारी रखा जाएगा। पुनीत परिंजा, जी मीडिया, चंडीगढ़। तो यह लोगों का प्यार है, लोगों की सपोर्ट है जी, जी पंजाब हरियाणा हिमाचल के नाल खड़ी है तो राज्यपाल तक भी जी मंग हुण पहुँचाई गई है। उम्मीद असी करते हैं कि जल्द तो जल्द जी मोनोपली है पंजाब दे विच केबल की वह किसी तरह खत्म होवे ते लोगों नूं यह मंग की जा रही है कि तुसी जे केबल तुहाडी मन जी है मनपसंद चैनल नहीं दिखा रही है तो होर बड़े प्लेटफॉर्म ने, तुसी उन्हां उपर जाके भी अपना चैनल जिहड़ा है जी पंजाब हरियाणा हिमाचल अपना मनपसंद चैनल वो देख सकते हो। बिल्कुल, असीं पंजाब दे लोगों का धन्यवाद करते हैं जो लगातार जी पंजाब हरियाणा हिमाचल नूं सपोर्ट कर रहे हैं। अगे वधदिया किस तरीके नाल मुद्दा लोगों ने सड़क ते चुकिया ते सियासतदान भी जी पंजाब हरियाणा हिमाचल के हक विच खड़े विखाई दिते। जी हाँ, संसद तो लैके सड़क तक जी पंजाब हरियाणा हिमाचल फिर तो केबल ते चालू करन दी मांग जोर फड़ रही है। इस विचकार कई एमपीज़ ने भी इसकी निंदा करते हुए सूबा सरकार नूं निशाने ते लिया। जी पंजाब हरियाणा हिमाचल ते निजी केबल ऑपरेटर की पाबंदी नूं एमपीज़ ने भी दुर्भागपूर्ण करार दिता है। लोक सभा एमपी दुपिंदर हुड्डा ने इसकी कड़ी निखेधी की है। किसी भी मजबूत प्रजातंत्र अगर मजबूत प्रजातंत्रिक प्रणाली का देश हो उसकी हर हालत में सुरक्षा होनी चाहिए, तो मैं इस प्रकार की कार्रवाई को की निंदा करता हूं और इसको अच्छा नहीं मानता। तुरंत जी पंजाब को दोबारा से दर्शकों के बीच में लाया जाए, ऐसी मेरी मांग है। एमपी रेणुका चौधरी तो बाकायदा नसीहत देते नजर आए, उन्होंने इस मुद्दे पर जम के खिंचाई की है। वो डर के मारे ये सब हरकत करते रहे, तो उनके मंत्रियां यहाँ केंद्र में बैठे हैं उनको शर्म नहीं आती है कि अपने राज्य में ऐसे गैर कानूनी काम चलते रहते हैं और वो सरकार को से आकर ये यहाँ मंत्री बनके सारे फायदा उठाते हैं। हिमाचल दे मंडी तो बीजेपी एमपी राम स्वरूप शर्मा ने कहा कि जी पंजाब हरियाणा हिमाचल आम लोगों की आवाज है अते इस नु बंद करना किसी के हक विच नहीं है, क्योंकि जो मीडिया चौथा स्तंभ माना जाता है उसको इस तरह बंद कर देना, बैन कर देना, ये किसी भी सरकार किसी राज्यसभा के पक्ष में नहीं जाता। राज्यसभा एमपी केटीएस तुलसी ने भी जी पंजाब हरियाणा हिमाचल नु ब्लैकआउट करने की कार्रवाई नु बेहद चिंताजनक करार दिता है। ये संविधान का उल्लंघन है सरासर, ये जो मोनोपोली क्रिएट की हुई है सरकार ने मीडिया इलेक्ट्रॉनिक मीडिया के, उसको चुनौती देनी चाहिए और उनको सबक सिखाना चाहिए। एमपी प्रमोद तिवारी ने इस मुद्दे नु लेके पंजाब सरकार नु निशाने ते लिया। मैं इसे अनुचित मानता हूं क्योंकि लोकतंत्र के चार स्तंभ हैं जिसमें मीडिया एक मजबूत स्तंभ है और मैं इसकी आलोचना करता हूं। वहां भाजपा और अकाली दल की मिली जुली सरकार है, मैं इसमें भाजपा और अकाली दल दोनों की आलोचना करता हूं। पंजाब च इस तो पहला भी निजी केबल ऑपरेटर अपना दबदबा बनाए रखने के लिए अजिहे हथकंडे अपनाउंदा रहा है, पर जी पंजाब हरियाणा हिमाचल इस बार सच नु चुकन नहीं देवेगा। पंकज कपाही, जी मीडिया, दिल्ली। ये जो पूरा मामला है सिर्फ सड़क ते संसद तक सीमित नहीं रहा, बिल्कुल सोशल नेटवर्किंग साइट से भी मामला पूरा छा चुका है तो लगातार ट्रेंड कर रहा है। जी हाँ, सी पंजाब हरियाणा हिमाचल केबल के ब्लैकआउट करने का विरोध सोशल मीडिया से भी हो रहा है। ट्विटर उत्ते लोग पूरे जोर शोर नाल जी पंजाब हरियाणा हिमाचल सपोर्ट कर रहे हैं अते हैशटैग सपोर्ट जी पी एच एच ट्विटर उत्ते हर घंटे ट्रेंड कर रहा है, टॉप ट्रेंडिंग आ रहा है। असं धन्यवाद करते हैं सारे दर्शकों का जिहड़े अपने मनपसंद चैनल नू केबल ते ब्लैकआउट होने के बावजूद इन्ना प्यार दे रहे हैं, सपोर्ट कर रहे हैं। बिल्कुल, तुसी भी अपनी राय, तुसी भी अपनी जो सलाह है वो हैशटैग सपोर्ट जी पी एच एच से सानू दस सकते हो। तुहानू दस दिओ होर भी प्लेटफॉर्म तुसी जी पंजाब हरियाणा हिमाचल देख सकते हो, निराश होने की जरूरत नहीं है। डिश टीवी ते तुसी 805, एयरटेल ते तुसी 582, टाटा स्काई ते 953 ते तुसी जी पंजाब हरियाणा हिमाचल देख सकते हो। इस तो अलावा वीडियोकॉन D2H के उपर तुसी 778 नंबर के उपर देख सकते हो ते सन डायरेक्ट के उपर 668 नंबर के उपर।
ਤੇ ਕੁਝ ਹੋਰ ਖਬਰਾਂ ਦਾ ਰੁਖ ਕਰਦੇ ਹਾਂ ਤੇ ਜਿਹੜੀ ਖਬਰ ਆਈ ਸੀ ਪੀਲੀਭੀਤ ਦੀ ਜੋ ਕਿ 22 ਸਾਲ ਪੁਰਾਣੀ ਸੀ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆਈ ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੀ ਜੇਲ੍ਹ ਵਿੱਚ 7 ਸਿੱਖ ਕੈਦੀਆਂ ਦੇ ਕਤਲ ਦਾ ਇੱਕ 22 ਸਾਲ ਪੁਰਾਣਾ ਮਾਮਲਾ ਸੁਰਖੀਆਂ ਵਿੱਚ ਆਇਆ। ਇਸ ਮਾਮਲੇ ਦੀ ਜਾਂਚ CBI ਕੋਲੋਂ ਕਰਾਉਣ ਦੇ ਲਈ ਅਕਾਲੀ ਦਲ ਦੇ ਇੱਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ 22 ਸਾਲ ਪੁਰਾਣੇ ਇੱਕ ਮਾਮਲੇ ਵਿੱਚ CBI ਜਾਂਚ ਦੀ ਮੰਗ ਕੀਤੀ, ਜਿਸ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਢੁਕਵੀਂ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਉੱਤਰ ਪ੍ਰਦੇਸ਼ ਦੇ ਰਾਜਪਾਲ ਕੋਲੋਂ ਇਸ ਘਟਨਾ ਦੀ ਵਿਸਥਾਰ ਵਿੱਚ ਰਿਪੋਰਟ ਮੰਗੀ ਹੈ। ਦਰਅਸਲ ਇਹ ਮਾਮਲਾ ਨਵੰਬਰ 1994 ਦਾ ਜਦੋਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜੇਲ੍ਹ ਅੰਦਰ ਜੇਲ੍ਹ ਸਟਾਫ ਵੱਲੋਂ ਕੀਤੀ ਗਈ ਕੁੱਟਮਾਰ ਨਾਲ 7 ਸਿੱਖ ਕੈਦੀਆਂ ਦੀ ਮੌਤ ਹੋ ਗਈ ਸੀ, ਜਦਕਿ 21 ਹੋਰ ਜ਼ਖਮੀ ਹੋ ਗਏ ਸਨ। ਜੇਲ੍ਹ ਵਿੱਚ ਬੰਦ ਇਹ ਸਾਰੇ 28 ਟਾਡਾ ਸਿੱਖ ਕੈਦੀ ਸਨ, ਜਿਨ੍ਹਾਂ ਨੂੰ 8 ਅਤੇ 9 ਨਵੰਬਰ 1994 ਦੀ ਰਾਤ ਨੂੰ ਹੋਰ ਬੈਰਕਾਂ ਵਿੱਚ ਲਿਜਾ ਕੇ ਉਹਨਾਂ ਦੀਆਂ ਲੱਤਾਂ ਬੰਨ੍ਹ ਕੇ ਜੇਲ੍ਹ ਸਟਾਫ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਇਹਨਾਂ ਵਿੱਚੋਂ 6 ਸਿੱਖ ਕੈਦੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ 1 ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ ਸੀ ਅਤੇ ਦੂਜੇ 21 ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਸਨ। ਇਹ ਕੇਸ ਸਾਲ 2007 ਵਿੱਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਨੇ ਅਦਾਲਤ ਵਿੱਚੋਂ ਵਾਪਸ ਲੈ ਲਿਆ ਸੀ। ਇਸ ਦੁਖਦਾਇਕ ਘਟਨਾ ਦੇ ਵਾਪਰਨ ਸਮੇਂ ਵੀ ਮੁਲਾਇਮ ਸਿੰਘ ਯਾਦਵ ਹੀ ਮੁੱਖ ਮੰਤਰੀ ਸਨ। ਅਕਾਲੀ ਦਲ ਨੇ ਅਪੀਲ ਕੀਤੀ ਕਿ ਕੇਂਦਰ ਦੇ ਦਖਲ ਤੋਂ ਬਿਨਾਂ ਇਸ ਘਟਨਾ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਅਤੇ ਇਸ ਦਾ ਇੱਕੋ ਇੱਕ ਹੱਲ CBI ਦੀ ਜਾਂਚ ਹੈ। ਦੇਖੋ, ਅਰਜ਼ ਹੈ ਕਿ ਜਿਹੜੀ ਜਿਸ ਸਟੇਟ 'ਚ ਇਹ ਭਾਣਾ ਵਰਤਦਾ ਕੋਈ ਚੀਜ਼ ਹੋਵੇ ਉਹ ਸਟੇਟ ਨੂੰ ਹੀ ਲਿਖਿਆ ਜਾਂਦਾ। ਆਪ ਡਾਇਰੈਕਟ ਤਾਂ ਅਸੀਂ ਨਾ ਕੋਈ ਐਕਸ਼ਨ ਲੈ ਸਕਦੇ, ਕੋਈ ਡਾਇਰੈਕਟ ਤਾਂ ਨਹੀਂ ਕਰ ਸਕਦਾ ਇੱਕ ਸਟੇਟ ਦੂਸਰੀ। ਇਸ ਤੋਂ ਪਹਿਲਾਂ SGPC ਵੱਲੋਂ ਵੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਚਿੱਠੀ ਲਿਖੀ ਗਈ ਸੀ। SGPC ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੁਪਰੀਮ ਕੋਰਟ ਤੱਕ ਜਾਣ ਦੀ ਗੱਲ ਵੀ ਕਹੀ ਸੀ। ਮੁਕਤਸਰ ਤੋਂ ਜਸਵਿੰਦਰ ਬੱਬਰ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਪੀਲੀਭੀਤ ਦੇ ਮਾਮਲੇ ਬੜੇ ਹੈਰਾਨ ਕਰਨ ਵਾਲੇ ਨੇ, ਪਰੇਸ਼ਾਨ ਕਰਨ ਵਾਲੇ ਨੇ। ਕੁਝ ਦਿਨ ਪਹਿਲਾਂ ਵੀ ਪੀਲੀਭੀਤ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਕਿ ਅਦਾਲਤ ਨੇ ਉਸ ਮਾਮਲੇ ਵਿੱਚ 10 ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ 40 ਤੋਂ ਵੱਧ ਪੁਲਿਸ ਵਾਲਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਸਜ਼ਾ ਸੁਣਾਈ ਸੀ। ਹੁਣ ਇੱਕ ਇਹ ਮਾਮਲਾ ਹੋਰ ਸਾਹਮਣੇ ਆਇਆ, ਦੇਖਦੇ ਹਾਂ ਇਸ ਵਿੱਚ ਕਦੋਂ ਇਨਸਾਫ਼ ਮਿਲਦਾ। ਬਿਲਕੁਲ, ਅੱਗੇ ਵੱਧਦੇ ਹਾਂ। ਹੁਣ ਗੱਲ ਕਰਦੇ ਹਾਂ ਕਿਵੇਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਗਰਮਾਉਣ ਵਾਲੀ ਹੈ। ਆਮ ਆਦਮੀ ਪਾਰਟੀ ਕਿਸ ਮੁੱਦੇ ਚੁੱਕੇਗੀ, ਇਸ ਬਾਰੇ ਗੱਲ ਕਰਦੇ ਹਾਂ। ਜੀ ਹਾਂ, 12,000 ਕਰੋੜ ਰੁਪਏ ਦੇ ਕਥਿਤ ਅਨਾਜ ਘੋਟਾਲੇ ਨੂੰ ਲੈ ਕੇ 16 ਮਈ ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਫਾਜ਼ਿਲਕਾ ਦੇ ਅਬੋਹਰ 'ਚ ਵੱਡੇ ਪੱਧਰ 'ਤੇ ਮੀਟਿੰਗ ਬੁਲਾਈ ਗਈ ਅਤੇ 16 ਮਈ ਦੇ ਲਈ ਰਣਨੀਤੀ ਬਣਾਈ ਗਈ ਹੈ। ਫਾਜ਼ਿਲਕਾ ਦੇ ਅਬੋਹਰ ਵਿੱਚ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਇਲਾਕੇ ਦੇ 6 ਜ਼ਿਲ੍ਹਿਆਂ ਦੇ ਵਰਕਰਾਂ ਨੇ ਹਿੱਸਾ ਲਿਆ। ਆਪ ਨੇਤਾਵਾਂ ਨੇ ਪਾਰਟੀ ਵਰਕਰਾਂ ਨੂੰ ਭਾਰੀ ਗਿਣਤੀ ਵਿੱਚ 16 ਮਈ ਨੂੰ CM ਰਿਹਾਇਸ਼ ਦਾ ਘਿਰਾਓ ਕਰਨ ਲਈ ਪਹੁੰਚਣ ਦੀ ਅਪੀਲ ਕੀਤੀ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਭਰ ਵਿੱਚ ਅਜਿਹੀਆਂ ਬੈਠਕਾਂ ਸੱਦੀਆਂ ਜਾ ਰਹੀਆਂ ਨੇ ਤਾਂ ਕਿ ਵੱਡੀ ਗਿਣਤੀ ਵਿੱਚ 16 ਮਈ ਨੂੰ ਆਪ ਵਰਕਰਾਂ ਦਾ ਹਜੂਮ CM ਰਿਹਾਇਸ਼ 'ਤੇ ਪਹੁੰਚੇ। 16 ਤਰੀਕ ਵਾਸਤੇ ਸਾਰੇ ਤਿਆਰੀ ਅਸੀਂ ਕੰਪਲੀਟ ਕਰ ਲਈ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜਾ ਕਿਸਾਨੀ ਦੇ ਨਾਲ ਜੋ ਮਜ਼ਾਕ ਹੋ ਰਿਹਾ, ਬਾਦਲ ਸਾਹਿਬ ਬਹੁਤ ਦੇਰ ਇਹ ਕੋਸ ਕਰਦੇ ਰਹੇ ਆ ਕਿ ਮੈਂ ਕਿਸਾਨ ਦਾ ਬਹੁਤ ਹਮਦਰਦ ਹਾਂ, ਕਿਸਾਨੀ ਦੇ ਅਤੇ ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ ਆ। ਉੱਧਰ ਆਪ ਵਰਕਰਾਂ ਵਿੱਚ ਵੀ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਲੱਖਾਂ ਦੀ ਗਿਣਤੀ ਵਿੱਚ ਅਬੋਹਰ ਤੋਂ ਕਾਫਲੇ ਦੇ ਰੂਪ ਵਿੱਚ CM ਰਿਹਾਇਸ਼ ਦਾ ਘਿਰਾਓ ਕਰਨ ਲਈ ਪਹੁੰਚਣਗੇ। ਅਸੀਂ ਅੱਜ ਅਬੋਹਰ ਵਿੱਚ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਹੈ, ਉਹ 16 ਤਰੀਕ ਨੂੰ ਜੋ ਚੰਡੀਗੜ੍ਹ ਵਿਖੇ ਸਾਡਾ ਬਾਦਲ ਸਾਹਿਬ ਦੀ ਕੋਠੀ ਦਾ ਘਿਰਾਓ ਰੱਖਿਆ ਹੈ, ਉਸ ਦੇ ਵਿੱਚ ਸਾਡਾ ਘੱਟ ਤੋਂ ਘੱਟ 1,00,000 ਤੋਂ 1.5 ਲੱਖ ਜਿਹੜੇ ਵਰਕਰ ਹੈ, ਵਲੰਟੀਅਰ ਪਹੁੰਚਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਥਿਤ ਅਨਾਜ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ 16 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਘਿਰਾਓ ਕੀਤੇ ਜਾਣ ਦਾ ਐਲਾਨ ਕੀਤਾ ਗਿਆ, ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਇਨ੍ਹੀਂ ਦਿਨੀਂ ਪੰਜਾਬ ਦੌਰੇ 'ਤੇ ਨੇ ਅਤੇ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਬੈਠਕ ਬੁਲਾ ਕੇ ਰਣਨੀਤੀ ਬਣਾਈ ਜਾ ਰਹੀ ਹੈ। ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ। ਸੋ ਕਿਸਾਨਾਂ ਦੇ ਮੁੱਦੇ ਤੇ ਜੋ ਇਹ ਸਿਆਸਤ ਗਰਮਾਉਣ ਵਾਲੇ 16 ਮਈ ਨੂੰ ਆਮ ਆਦਮੀ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਬਿਲਕੁਲ, ਕਿਸਾਨਾਂ ਦੇ ਮੁੱਦੇ ਉੱਪਰ ਸਿਆਸਤ ਅਸੀਂ ਦੇਖਦੇ ਹਾਂ, ਰੋਜ਼ ਹੁੰਦੀ ਹੈ, ਸਿਆਸੀ ਬਿਆਨ ਰੋਜ਼ ਆਉਂਦੇ ਨੇ, ਸਿਆਸੀ ਪਾਰਟੀਆਂ ਸਰਗਰਮੀਆਂ ਰੋਜ਼ ਕਰਦੀਆਂ ਨੇ, ਪਰ ਕਿਸਾਨਾਂ ਦੇ ਹਾਲਾਤ ਬਦਲ ਨਹੀਂ ਰਹੇ ਨੇ। ਇਸ ਦੀ ਐਗਜ਼ਾਮਪਲ ਇਹ ਹੈ ਕਿ ਰੋਜ਼ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਨੇ, ਅੱਜ ਵੀ ਦੋ ਜਿਹੜੇ ਕਿਸਾਨਾਂ ਦੇ ਖੁਦਕੁਸ਼ੀਆਂ ਦੀਆਂ ਖਬਰਾਂ ਆਈਆਂ ਨੇ ਅਤੇ ਜਿਹੜੇ ਕਿਸਾਨ ਨੇ ਹੁਣ ਖੇਤੀ ਦੀ ਜਗ੍ਹਾ 'ਤੇ ਖੁਦਕੁਸ਼ੀ ਦੀ ਖੇਤੀ ਕਰਦੇ ਹੋਏ ਨਜ਼ਰ ਆ ਰਹੇ ਨੇ।
ਬਿਲਕੁਲ ਖੁਦਕੁਸ਼ੀ ਦੀ ਖੇਤੀ ਕਿਉਂਕਿ ਹੁਣ ਕਿਸਾਨਾਂ ਦੇ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕਿਸਾਨਾਂ ਜੋ ਖੁਦਕੁਸ਼ੀਆਂ ਨੇ ਉਹ ਸੁਰਖੀਆਂ ਬਣ ਰਹੀਆਂ ਨੇ ਜੀ ਹਾਂ ਕਿਸਾਨਾਂ ਦੇ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਨੇ ਮੁਕਤਸਰ ਵਿੱਚ 18 ਵਰ੍ਹਿਆਂ ਦੇ ਨੌਜਵਾਨ ਕਿਸਾਨ ਨੇ ਇਸੇ ਪਰੇਸ਼ਾਨੀ ਕਰਕੇ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਉਸਦੇ ਸਿਰ 'ਤੇ 8 ਲੱਖ ਦਾ ਕਰਜ਼ਾ ਸੀ अठारह साल का सुखपाल सिंह अपने परिवार का लाड़ला सी चार भैणा का इकलौता भरा बजुर्ग मापिया की इको एक उम्मीद जो हुण सिर्फ एक तस्वीर च सिमट के रह गया 8 लाख के कर्जे की पंड ने छोटी जी उम्र च ही सुखपाल नूं खुदकुशी लई मजबूर कर दिता फसल कदे सेम की मुश्किल की भेट चढ़ गई तो कदे चिट्टी मक्खी की ਉਪਰੋਂ ਪਿਤਾ ਦੀ ਬਿਮਾਰੀ ਦੀ ਪਰੇਸ਼ਾਨੀ ਅਜਿਹੀ ਕਿ ਸੁਖਪਾਲ ਨੇ ਪਰੇਸ਼ਾਨ ਹੋ ਕੇ ਅਜਿਹਾ ਕਦਮ ਚੁੱਕਿਆ ਜਿਸ ਬਾਰੇ ਉਸਦੇ ਪਰਿਵਾਰ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਸ਼ਨਿਚਰਵਾਰ ਨੂੰ ਘਰੋਂ ਨਿਕਲਿਆ ਸੁਖਪਾਲ ਕਦੇ ਵਾਪਸ ਨਹੀਂ ਆਇਆ ਜੇ ਆਈ ਤਾਂ ਉਸਦੀ ਮੌਤ ਦੀ ਖਬਰ ਮੈਂ ਸਹੀ ਆਖਦਾ ਜੀ ਸੀ ਮੇਰਾ ਡੈਡੀ ਬਿਮਾਰ ਰਹਿੰਦਾ ਹੈ ਮੈਂ ਤਾਂ ਆਪਾਂ ਕੀ ਕਰਾਂਗੇ ਨਰਮੇ ਕੋ ਪਾਣੀ ਹੋਏ ਅਤੇ ਕਿਵੇਂ ਆਪਾਂ ਕਰਜ਼ਾ ਲਾ ਦਿਆਂ ਸਾਨੂੰ ਕਾਹਦੀ ਉਮੀਦ ਆ ਵੀਰੇ ਤੁਹਾਨੂੰ ਪਤਾ ਹੈ ਸਾਡੀਆਂ ਤਾਂ ਗੁੰਮ ਹੋ ਗਈਆਂ ਜਦੋਂ ਮੇਰਾ ਬੇਟਾ ਉੱਠ ਗਿਆ ਸੁਖਪਾਲ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਲਾਸ਼ ਨੂੰ ਕੱਟ ਕੇ ਉਸਦਾ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਸੁਖਪਾਲ ਦੀਆਂ ਭੈਣਾਂ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦਾ ਵੀਰ ਹੁਣ ਇਸ ਦੁਨੀਆਂ 'ਚ ਨਹੀਂ ਰਿਹਾ ਇੱਕ ਭਰਾ ਹੀ ਆਈ ਕਰਜ਼ੇ ਤੋਂ ਤੰਗ ਹੋਇਆ ਬਹੁਤ ਮਰਦੇ ਆ ਜੇ ਕਿਸਾਨਾਂ ਦੀ ਕੋਈ ਮਦਦ ਕਰੇ ਕਿਉਂ ਕੋਈ ਭਰਾ ਆਪਦਾ ਨਹਿਰਾਂ 'ਚ ਰੁਲੇ ਅਤੇ ਕਿਉਂ ਕਿਸੇ ਵੀਰ 'ਤੇ ਵਿਵਤਾ ਪਵੇ ਵੀਰੇ ਘਰੇ ਜਾ ਕੇ ਜਦੋਂ ਮੇਰੇ ਕੋਲ ਮਿਲਣ ਜਾਂਦਾ ਉਹਨੇ ਆਹੀ ਗੱਲ ਆਖਣੀ ਭੈਣੇ ਮੈਂ ਪੈਸੇ ਦੇਣੇ ਆ ਮੇਰੇ ਕੋਲ ਇੰਨਾ ਪੈਸਾ ਆਵੇ ਮੈਂ ਸਭ ਦਾ ਕਰਜ਼ਾ ਲਾ ਦਿਆਂ ਉਹ ਵੀਰੇ ਪੈਸੇ ਪੈਸੇ ਕਰਦੇ ਗਏ ਆਪਣੇ ਪਰਿਵਾਰ ਦੀ ਇਕਲੌਤੀ ਉਮੀਦ ਸੀ ਸੁਖਪਾਲ ਪਰ ਕਰਜ਼ੇ ਨੇ ਇਸ ਉਮੀਦ ਨੂੰ ਹਮੇਸ਼ਾ ਲਈ ਬੁਝਾ ਦਿੱਤਾ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਕੋਈ ਮਦਦ ਮਿਲੇਗੀ ਜਾਂ ਨਹੀਂ ਇਸ ਬਾਰੇ ਵੀ ਕੋਈ ਨਹੀਂ ਜਾਣਦਾ ਅਜਿਹੇ ਸਵਾਲ ਇਹ ਹੈ ਕਿ ਆਖਰ ਕਦੋਂ ਤੱਕ ਕਿਸਾਨ ਕਰਜ਼ੇ ਦੀ ਬਲੀ ਚੜ੍ਹਦਾ ਰਹੇਗਾ ਜਸਵਿੰਦਰ ਬੱਬਰ ਜ਼ੀ ਮੀਡੀਆ ਮੁਕਤਸਰ ਤਾਂ ਬਿਲਕੁਲ ਸਵਾਲ ਕਈ ਨੇ ਇਹਨਾਂ ਸਵਾਲਾਂ ਨੂੰ ਲੈ ਕੇ ਕਿਸਾਨ ਖੁਦਕੁਸ਼ੀ ਨੂੰ ਗਲੇ ਲਗਾ ਲੈਂਦਾ ਅਤੇ ਉਹੀ ਸਵਾਲ ਉਸੇ ਪਰਿਵਾਰ ਦੇ ਮਨਾਂ ਵਿੱਚ ਵੀ ਰਹਿ ਜਾਂਦੇ ਨੇ ਪਰ ਇਹਨਾਂ ਸਵਾਲਾਂ ਦਾ ਜਵਾਬ ਕਿਤੋਂ ਨਹੀਂ ਮਿਲਦੇ ਰਿਪੋਰਟਸ ਅਸੀਂ ਤੁਹਾਨੂੰ ਇਸ ਲਈ ਵਿਖਾਉਂਦੇ ਹਾਂ ਤਾਂ ਕਿ ਸਰਕਾਰ ਜਾਗੇ ਪ੍ਰਸ਼ਾਸਨ ਜਾਗੇ ਅਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਵਾਪਸ ਮੋੜਿਆ ਜਾ ਸਕੇ ਬਿਲਕੁਲ ਦਾਅਵੇ ਬਹੁਤ ਕੀਤੇ ਜਾਂਦੇ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਜਾ ਰਿਹਾ ਕੀਤਾ ਜਾਏਗਾ ਹੁਣ ਤੱਕ ਬਹੁਤ ਕੁਝ ਕੀਤਾ ਗਿਆ ਪਰ ਜਿਹੜੀ ਅਸਲ ਤਸਵੀਰ ਹੈ ਉਹ ਬਦਲ ਨਹੀਂ ਰਹੀ ਹੈ ਖੁਦਕੁਸ਼ੀਆਂ ਦੀ ਖਬਰਾਂ ਆ ਰਹੀਆਂ ਨੇ ਇੱਕ ਤੁਹਾਨੂੰ ਮੁਕਤਸਰ ਦੀ ਖਬਰ ਦਿਖਾਈ ਪਰ ਇਹ ਜਿਹੜੀ ਕਹਾਣੀ ਹੈ ਇੱਥੇ ਰੁਕਦੀ ਨਹੀਂ ਹੈ ਇੱਕ ਹੋਰ ਖਬਰ ਤੋਂ ਦੱਸਦੇ ਹਾਂ ਮੁਕਤਸਰ ਦੇ ਵਿੱਚ ਪਰਿਵਾਰ ਬੇਟੇ ਦੀ ਮੌਤ ਤੋਂ ਗਮਜ਼ਦਾ ਹੈ ਤਾਂ ਫਾਜ਼ਿਲਕਾ ਵਿੱਚ ਇੱਕ ਪਿਤਾ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਅਤੇ ਇਸ ਪਰਿਵਾਰ 'ਤੇ ਵੀ ਦੁੱਖਾਂ ਦਾ ਪਹਾੜ ਕਰਜ਼ੇ ਦੇ ਕਰਕੇ ਹੀ ਟੁੱਟਿਆ ਹੈ ਫਾਜ਼ਿਲਕਾ ਦਾ ਪਿੰਡ ਮਮਦੂਟ ਜਿੱਥੇ ਘਰ 'ਚ ਮਾਤਮ ਪਸ ਰਿਹਾ ਪਰਿਵਾਰ ਰੋ ਰੋ ਕੇ ਬੇਹਾਲ ਹੋ ਰਿਹਾ ਹੈ ਕਿਉਂਕਿ ਇੱਕ ਵਾਰ ਫਿਰ ਕਰਜ਼ੇ ਦੇ ਦੈਂਤ ਨੇ ਇਸ ਘਰ 'ਚ ਆਪਣਾ ਕਹਿਰ ਵਰਾਇਆ ਬੰਤਾ ਸਿੰਘ ਨਾਂ ਦੇ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਕਿਸਾਨ ਕੋਲ 2.5 ਏਕੜ ਜ਼ਮੀਨ ਸੀ ਅਤੇ ਫਸਲ ਦਾ ਝਾੜ ਘੱਟ ਹੋਣ ਕਰਕੇ ਉਸਦੇ ਸਿਰ 'ਤੇ ਕਰਜ਼ਾ ਵੱਧ ਗਿਆ ਸੀ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ 'ਚ ਅਸਮਰੱਥ ਹੋਣ ਕਰਕੇ ਬੰਤਾ ਸਿੰਘ ਕਾਫੀ ਪਰੇਸ਼ਾਨ ਸੀ ਅਤੇ ਜਦੋਂ ਉਸਨੂੰ ਕਿਤੋਂ ਕੋਈ ਮਦਦ ਮਿਲਦੀ ਨਜ਼ਰ ਨਾ ਆਈ ਤਾਂ ਉਸਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਪਰਿਵਾਰ ਵੱਲੋਂ ਉਸਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਕਾਫੀ ਪਰੇਸ਼ਾਨ ਸੀ ਉਸਦੇ ਇੱਕ ਦਾ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ ਜੀ ਇੱਕ ਉਹਨੇ ਕਨੈਕਸ਼ਨ ਵਾਸਤੇ ਅਪਲਾਈ ਕੀਤਾ ਸੀ ਉਹਨੂੰ ਕਨੈਕਸ਼ਨ ਨਹੀਂ ਮਿਲਿਆ ਕਾਫੀ ਪਰੇਸ਼ਾਨ ਰਹਿਣ ਕਰਕੇ ਉਹਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਜੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਸਾਨਾਂ ਲਈ ਖੇਤੀ ਲਗਾਤਾਰ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ ਸਰਕਾਰ ਨਵੀਂ ਤੋਂ ਨਵੀਂ ਸਕੀਮ ਲਾਂਚ ਕਰ ਖੁਦ ਨੂੰ ਕਿਸਾਨਾਂ ਦਾ ਹਮਾਇਤੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਇਹਨਾਂ ਸਕੀਮਾਂ ਦਾ ਕਿੰਨਾ ਲਾਹਾ ਕਿਸਾਨਾਂ ਤੱਕ ਪਹੁੰਚ ਰਿਹਾ ਉਸਦਾ ਸਬੂਤ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਸੁਨੀਲ ਨਾਗਪਾਲ ਜ਼ੀ ਮੀਡੀਆ ਫਾਜ਼ਿਲਕਾ
ਤਾਂ ਸਰਕਾਰ ਵੀ ਇਹ ਦਾਅਵਾ ਕਰਦੀ ਕਿ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਨੇ ਉਸਦੇ ਪਰਿਵਾਰ ਦੀ ਬਾਂਹ ਉਹ ਫੜਦੇ ਨੇ, ਪਰ ਲੋੜ ਬਾਂਹ ਪਹਿਲਾਂ ਫੜਨ ਦੀ ਹੈ ਤਾਂ ਕਿ ਖੁਦਕੁਸ਼ੀਆਂ ਦੀ ਨੌਬਤ ਹੀ ਕਿਉਂ ਆਉਂਦੀ ਹੈ, ਇਹ ਵੱਡਾ ਸਵਾਲ ਹੈ। ਇਸ ਦੇ ਉੱਪਰ ਕਿਤੇ ਨਾ ਕਿਤੇ ਰੋਕ ਲਾਉਣ ਦੀ ਲੋੜ ਹੈ। ਬਿਲਕੁਲ, ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਨੇ। ਜੇਕਰ ਸਾਲ 2015 ਦੀ ਗੱਲ ਕੀਤੀ ਜਾਵੇ, ਸਾਲ 2015 ਕਿਸਾਨ ਖੁਦਕੁਸ਼ੀਆਂ ਸਿਖਰ ਰਿਹਾ ਅਤੇ ਉਮੀਦ ਇਹੀ ਸੀ ਕਿ ਸਰਕਾਰ ਕੁਛ ਕਰੇਗੀ ਅਤੇ ਇਹਨਾਂ ਖੁਦਕੁਸ਼ੀਆਂ ਨੂੰ ਰੋਕਿਆ ਜਾਵੇਗਾ। ਆਖਿਰ ਕਿਸਾਨ ਕਿਉਂ ਖੁਦਕੁਸ਼ੀ ਕਰ ਰਹੇ ਨੇ, ਕੁਛ ਨੀਤੀਆਂ ਬਣਾਈਆਂ ਜਾਣਗੀਆਂ, ਪਰ ਅਜੇ ਵੀ ਉਸੇ ਤਰੀਕੇ ਨਾਲ ਕਿਸਾਨਾਂ ਦੀ ਖੁਦਕੁਸ਼ੀਆਂ ਜਾਰੀ ਨੇ ਅਤੇ ਸਰਕਾਰ ਦਾ ਸ਼ਾਇਦ ਇਹਨਾਂ ਵੱਲ ਕੋਈ ਧਿਆਨ ਨਹੀਂ ਹੈ।